ਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਪ੍ਰਸਾਦ ਜਪ ਗੁਰਪ੍ਰਸਾਦ ਜਪ ਆਦਿ ਸੱਚ ਆਦਿ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ Thank you.
ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ 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 ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ। ਕਰੀ ਪੁਕਾਰ ਜਿਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ, ਸਦਾ ਸਦਾ ਦਾ ਸਦਾ ਸਦਾ ਦਾਤਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ। ਛਡਾਏ ਸੋਏ ਅਨਦਿਨ ਸਾਹਿਬ ਸੇਵੀਏ, ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ। ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾਰ।
ਨਾਲ ਤੇਰੇ ਨਾਮ ਤਰਾਂ ਦਿਆਲ ਤੇਰੇ ਨਾਮ ਤਰਾਂ ਸਦ ਕੁਰਬਾਨੇ ਜਾਂ ਕੁਰਬਾਨੇ ਜਾਓ ਸਦ ਕੁਰਬਾਨੇ ਜਾਓ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ 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 ਸਦਾ ਦਾਤਾ ਸਾਹਿਬ ਸਦਾ ਸਦਾ ਦਾਤਾ ਸਾਚਾ ਇੱਕ ਹੈ ਦੂਜਾ ਨਹੀਂ ਕੋਏ ਸਰਬੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਜਾਂ ਕੋ ਨਦਰ ਕਰੇ ਵਾਹਿਗੁਰੂ ਜਾਂ ਕੋ ਨਦਰ ਕਰੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ 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 ਸਾਹਿਬ ਸਦਾ ਸਦਾ ਦਾਤਾ ਰੇ
ਅੱਜ ਪਿਆਰੇ ਕਿਉਂ ਰਹਾ ਬਾਜ ਪਿਆਰੇ ਕਿਉਂ ਰਹਾ ਸਾ ਵੱਡਿਆਈ ਦੇ ਤੁਦ ਬਾਜ ਪਿਆਰੇ ਕਿਉਂ ਰਹਾ ਸਾ ਵੱਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋ ਜਿਸ ਆਗੇ ਪਿਆਰੇ ਜਾਏ ਕਹਾਂ ਜਿਸ ਆਗੇ ਪਿਆਰੇ ਜਾਏ ਕਹਾਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ 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 ਸਦਾ ਦਾਤਾ ਸਾਹਿਬ ਸਦਾ ਸਦਾ ਦਾਤਾਰ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ 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 ਦਾਤਾ ਸਾਹਿਬ ਸਦਾ ਸਦਾ ਦਾਤਾ ਸਾਹਿਬ ਤੇਰੇ
ਚੁੱਕ ਚੁੱਕ ਹੋਏ, ਬਿੰਦ ਬਿੰਦ ਚੁੱਕ ਚੁੱਕ ਹੋ, ਬਿੰਦ ਬਿੰਦ ਚੁੱਕ ਚੁੱਕ ਹੋ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, 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 ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਾਹਿਬ ਨਿਤ ਨਵਾਂ ਹੈ ਔਰ ਸਦਾ ਸੰਸਾਰ ਨੂੰ ਦਿੰਦਾ ਆ ਰਿਹਾ, ਲੈਣ ਵਾਲੇ ਥੱਕ ਗਏ, ਦੇਣ ਵਾਲਾ ਨਹੀਂ ਥੱਕਿਆ, ਸੰਸਾਰ ਸਾਹਿਬ ਕੋਲੋਂ ਦਾਤੇ ਕੋਲੋਂ ਦਾਤਾਂ ਲੈਂਦਾ ਹੈ ਸਦਾ, ਦੇਣ ਵਾਲਾ ਦਾਤਾ ਨਹੀਂ ਥੱਕਿਆ, ਲੈਣ ਵਾਲੀ ਖਲਕਤ ਥੱਕ ਗਈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ, ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ, ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਨਿਤ ਨਵਾਂ ਹੈ ਔਰ ਸਦਾ ਸੰਸਾਰ ਨੂੰ ਦਾਤਾਂ ਦਿੰਦਾ ਆ ਰਿਹਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾ ਹੈ, ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਪਾਖਿਆਂ ਪਾਓ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ,
ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ? ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜ੍ਹੀ ਜਿਹੀ ਦਾਤ ਥੋੜ੍ਹੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ? ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਸਾਹਿਬ ਜੀ ਕਹਿਣ ਲੱਗੇ ਇਹ ਪੁੱਛਦੇ ਹੋ ਕਿ ਉਹ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ? ਤਾਂ ਫੇਰ ਕੇ ਅੱਗੇ ਰੱਖੀਏ ਜਿੱਤ ਦਿਸ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਹੈ, ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁਖ ਹੋ ਜਾਂਦਾ ਹੈ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਾਹਿਬ ਸਦਾ ਸਦਾ ਦਾਤਾਰ। ਸਾਹਿਬ ਆਪਣਾ ਔਰ ਨ ਜਾਚੋ ਕੋਏ, ਸੇਵੀ ਸਾਹਿਬ ਆਪਣਾ ਔਰ ਨ ਜਾਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਬਿੰਦ ਬਿੰਦ ਚੁੱਕ ਚੁੱਕ ਹੋਏ, ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ,
ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਹੇ ਵਾਹਿਗੁਰੂ ਮੈਨੂੰ ਬਲ ਦੇ ਮੈਨੂੰ ਸਮਰੱਥਾ ਦੇ ਕਿ ਮੈਂ ਇੱਕ ਤੇਰੀ ਸੇਵਾ ਕਰਾਂ ਸਭੇ ਸਾਕ ਕੁੜਾਵੇ ਡਿੱਠੇ ਪੱਲੇ ਤੈਂਡੇ ਲਾਗੀ ਸਿੱਖ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਿਆਗ ਕੇ ਕਿਸੇ ਹੋਰ ਪਾਸੇ ਜਾਵੇਗਾ ਕਿਸੇ ਦੇਵੀ ਦੇਵਤੇ ਵੱਲ ਹੋਰ ਕਿਸੇ ਦੀ ਆਸਾ ਮਨ ਵਿੱਚ ਰੱਖੇਗਾ ਕਬਰਾਂ ਨੂੰ ਜਾ ਕੇ ਪੂਜੇਗਾ ਮਣੀਆਂ ਮਸਾਣਾਂ ਵਿੱਚ ਜਾਏਗਾ ਆਖਿਆ ਜਿਵੇਂ ਬਛੜਾ ਆਪਣੇ ਗਊ ਆਪਣੀ ਗਊ ਮਾਂ ਦੇ ਥਣਾਂ ਨੂੰ ਛੱਡ ਕੇ ਦੂਸਰੀ ਗਊ ਦੇ ਥਣਾਂ ਤੇ ਜਾ ਕੇ ਜੇ ਦੁੱਧ ਮੰਗੇਗਾ ਤਾਂ ਉਸਨੂੰ ਕਦੇ ਉੱਥੋਂ ਦੁੱਧ ਨਹੀਂ ਮਿਲੇਗਾ ਲੱਤ ਹੀ ਮਿਲੇਗੀ ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੇ ਆਪਣੇ ਗੁਰੂ ਦਾ ਓਟ ਆਸਰਾ ਛੱਡ ਕੇ ਜੇ ਦੂਸਰੇ ਕਿਸੇ ਪਾਸੇ ਜਾਵੇਗਾ ਤਾਂ ਭਾਈ ਕਦੇ ਪੂਰੀ ਨਹੀਂ ਪਵੇਗੀ ਤੇਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਾ ਪਾਈ ਤਾਂ ਫਿਰ ਕੋਈ ਪਾ ਨਹੀਂ ਸਕਦਾ ਸਾਧ ਸੰਗਤ ਬੋਲੋ ਸ੍ਰੀ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਾਰੀ ਸਾਰੀ ਰਾਤ ਨਾਮ ਜਪ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਬਾਬਾ ਨੰਦ ਸਿੰਘ ਜੀ ਨੇ ਨਾਮ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲੈ ਗਏ ਗੁਰਤਾ ਗੱਦੀ ਲੈ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਹਦੀ ਮਨੋਕਾਮਨਾ ਪੂਰੀਆਂ ਹੋਈਆਂ ਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਦਿਨ ਰਾਤ ਫਿਰ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਨੇ ਆਪਣੇ ਹਿਰਦੇ ਨਾਲ ਲਾ ਕੇ ਆਖਿਆ ਲੈਣਿਆ ਭਾਈ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਇਸ ਵਾਸਤੇ ਅੱਜ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਤ ਕਰ ਦਿੱਤਾ ਆਪਣੀ ਜੋਤ ਗੁਰੂ ਅੰਗਦ ਦੇ ਹਿਰਦੇ ਵਿੱਚ ਰੱਖ ਦਿੱਤੀ ਤੇ ਆਖਿਆ ਹੁਣ ਤੂੰ ਖੰਡੂਰ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਜਪਾਓ ਗੁਰੂ ਅੰਗਦ ਦੇਵ ਜੀ ਖੰਡੂਰ ਦੀ ਧਰਤੀ ਤੇ ਬੈਠੇ ਹਰ ਵੇਲੇ ਇਹੀ ਅਰਦਾਸ ਕਰਨ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਗੁਰੂ ਨਾਨਕ ਜਦੋਂ ਦਾ ਮੈਂ ਤੈਨੂੰ ਵੇਖਿਆ ਤੇਰੀ ਸੇਵਾ ਕੀਤੀ ਹੈ ਹੁਣ ਮੈਨੂੰ ਅੱਖਾਂ ਵਿੱਚ ਹੋਰ ਕੋਈ ਜਚਦਾ ਹੀ ਨਹੀਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਨਾਲ ਕੀਰਤਨ ਨਾਲ ਜੋੜਦੇ ਹਨ
ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਅੰਗਦ ਦੇ ਪਾਤਸ਼ਾਹ ਖੰਡੂਰ ਦੀ ਧਰਤੀ ਤੇ ਬਹਿ ਕੇ ਦੀਵਾਨ ਸਜਾਇਆ, ਇਹ ਸ਼ਬਦ ਗਾ ਰਹੇ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਤਾਂ ਭਾਈ ਬਾਲਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਕਿ ਮੈਂ ਵੇਖਾਂ ਉਹ ਕੌਣ ਪੁਰਖ ਹੈ ਜਿਸਨੇ ਗੁਰੂ ਨਾਨਕ ਨੂੰ ਵੀ ਜਿੱਤ ਲਿਆ ਹੈ, ਜਿਸਨੇ ਗੁਰੂ ਨਾਨਕ ਦਾ ਹਿਰਦਾ ਜਿੱਤ ਲਿਆ ਹੈ। ਤਾਂ ਜਦੋਂ ਭਾਈ ਬਾਲਾ ਜੀ ਆਏ ਦੀਵਾਨ ਵਿੱਚ, ਸਾਹਿਬ ਜੀ ਸ਼ਬਦ ਨਾਲ ਗਾ ਗਾ ਕੇ ਝੂਮ ਰਹੇ, ਔਰ ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਅੱਖਾਂ ਖੁੱਲਦੀਆਂ ਸਨ, ਭਾਈ ਬਾਲੇ ਤੇ ਜਾ ਪੈਂਦੀਆਂ। ਸਾਹਿਬ ਜੀ ਨੇ ਥੋੜ੍ਹੀ ਦੇਰ ਬਾਅਦ ਆਪਣੇ ਕੋਲ ਬੁਲਾਇਆ ਤੇ ਪੁੱਛਿਆ, ਭਾਈ ਕੌਣ ਹੈ, ਕਿੱਥੋਂ ਆਇਆ? ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ, ਗਰੀਬ ਨਿਵਾਜ, ਮੇਰਾ ਨਾਮ ਭਾਈ ਬਾਲਾ ਹੈ ਔਰ ਮੈਂ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਣਿਆ, ਭਾਈ ਬਾਲਾ ਉੱਠ ਕੇ ਖੜੋ ਗਏ, ਹਿਰਦੇ ਨਾਲ ਲਾ ਲਿਆ, ਆਖਿਆ ਤੂੰ ਬਾਲਾ ਹੈ, ਮੇਰੇ ਗੁਰੂ ਨਾਨਕ ਦਾ ਸਾਥੀ। ਕੋਲ ਬਿਠਾ ਲਿਆ, ਆਖਿਆ ਸੁਣਾ ਨਾ ਗੁਰੂ ਨਾਨਕ ਦੀਆਂ ਸਿਫਤਾਂ, ਗੁਰੂ ਨਾਨਕ ਦੀਆਂ ਸਾਖੀਆਂ। ਜਿਵੇਂ ਜਿਵੇਂ ਭਾਈ ਬਾਲਾ ਗੁਰੂ ਨਾਨਕ ਦੀਆਂ ਸਿਫਤਾਂ ਸਾਖੀਆਂ ਗਾਉਂਦਾ ਹੈ, ਗੁਰੂ ਅੰਗਦ ਦੇ ਪਾਤਸ਼ਾਹ ਦੇ ਨੈਣ ਕਟੋਰੇ ਵਸ ਰਹੇ ਹਨ। ਜਦੋਂ ਕੋਈ ਪ੍ਰੀਤਮ ਦੀ ਆਪਣੇ ਪਿਆਰੇ ਦੀ ਗੱਲ ਸੁਣਾਵੇ ਤਾਂ ਉਹਦੀ ਯਾਦ ਵਿੱਚ ਫਿਰ ਅੱਖਾਂ ਵਿੱਚੋਂ ਨੀਰ ਵਹਿ ਤੁਰਦੇ ਹਨ। ਸਤਿਗੁਰ ਬੋਲੋ ਸ੍ਰੀ। ਕੁਝ ਦਿਨ ਭਾਈ ਬਾਲਾ ਉੱਥੇ ਰਿਹਾ ਤੇ ਸਾਹਿਬ ਜੀ ਨੇ ਲਿਖਾਰੀ ਦੇ ਕੇ ਭਾਈ ਬਾਲੇ ਕੋਲੋਂ ਜਨਮ ਸਾਖੀ ਲਿਖਾ ਲਈ ਗੁਰੂ ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਗਰੀਬ ਨਿਵਾਜ, ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਹੈ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ ਹੈ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ? ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ? ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ? ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ, ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਾਧ ਸੰਗਤ ਬੋਲੋ ਸ੍ਰੀ। ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ, ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਹੈ ਉਤਨੀਆਂ ਕੋ ਬਖਸ਼ੀਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ ਹੈ। ਭਾਈ ਭਾਈ ਲੈਣਾ ਲੈ ਗਿਆ ਭਾਈ ਲੈਣਾ, ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਨੂੰ ਹੀ
ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ ਹਨ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਰੇ, ਸਦਾ ਸਦਾ ਦਾਤਾ, 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 ਸਦਾ ਸਦਾ ਦਾਤਾ ਰੇ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਸਾਹਿਬ ਸਦਾ ਸਦਾ ਦਾਤਾ, ਫਰੀਦਾ ਹੀ ਰੋਗ
ਸਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੇ ਕਰਿਐ ਸਭੈ ਰਨ ਕੋ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੇ ਰਹਿ ਪਿਆਸਾ ਤੁਮੇ ਛਾੜ ਕੋਈ ਔਰ ਨਾ ਕਿਆ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਸੁਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰੀਐ ਅਰਧ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਦਾ ਹੋ ਪੁਰੀ ਤਤਰ ਦਸ ਪੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਭ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕਿਆ ਤਮਾਸਾ ਜਮਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਗ ਛਨ ਉਪਜਾਯੋ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੇ ਜਾਣੈ ਜਬ ਉਧ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰ ਤੂੰ ਕਬ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੇ ਮੋਜੇ ਉਤਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦਿ ਅਸੰਭਵ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ
ਭੇਵ ਨ ਪਾਪ ਬਿਮੇਦਾ ਤਾਂ ਕੋ ਕਰਪਾਨ ਅਨਮਾਨਿਦ ਮਹਾ ਮੂੜ ਕਛ ਭੇਦ ਨ ਜਾਣ ਮਹਾਨ ਦੇਵ ਕੋ ਕਹਿ ਤੂ ਸਦਾ ਸ਼ਿਵ ਕਾਰ ਕਾ ਚੇਨਤ ਨੈ ਪੈ ਆਪ ਆਪਣੀ ਬੁੱਧ ਹੈ ਜੇਤੀ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੁਝ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕੈ ਪੋਪਾ ਅੰਡਜ ਜੇਰਜ ਸੇ ਤਜ ਕੀਨੀ ਕੁਝ ਖਾਨ ਬਹੁ ਰਚ ਦੇਨੀ ਕਹੂੰ ਫੁੱਲ ਰਾਜਾ ਹਵ ਬੈਠਾ ਸਮਟ ਪਿਓ ਸੰਤਰਿ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਖ ਜਵਨ ਪਗ ਪਰੇ ਤਿਹਾਰੇ ਕਹਿ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤਿਆਕੇ ਕਾਲ ਨਿਕਟਨੇ ਐ ਰੱਛਾ ਹੋਈ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਸੰਜਾਇ ਨਿਹਰੋ ਆਕੇ ਤਾਪ ਤਨਕ ਮੋ ਹਰੋ ਔਰੇ ਤੂੰ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪੋ ਹੱਥ ਦੇ ਲਿਓ ਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪੋ ਹੱਥ ਦੇ ਲਿਓ ਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨੇ ਆਈਆਂ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਕ ਮਨ ਮੇਰੇ ਦੁੱਖ ਸਭ ਵਿਸਾਰਣਾ ਸਵਨਾਂਗ ਲ ਸਮਰਥ ਸਵਾਮੀ ਸੁਖ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਮੇਰਾ ਆਧਾਰੋ ਕਰ ਸ਼ਾਂਤ ਸੁਖ ਮਨ ਆਇਆ ਜੇ ਨਿਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਜੇ ਪੰਚ ਦੂ ਤੁਦ ਵਸ ਕੀਤੇ ਕਾਲ ਖੰਡ ਕੁਮਾਰਿਆ ਕਹੇ ਨਾਨਕ ਤੈ ਸੁਖੋ ਅਤ ਕਰਨ ਦਵਾਜੀ ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲੇ ਵਸੂਰੇ ਸੰਤ ਸਜਣ ਪੈ ਸਰਸੇ ਪੂਰੇ ਗੁਰ ਕੇ ਜਾਣ ਸੁਣਤੇ
कहते पवित्र सतगुरु रहा परपूरे ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਭੁੱਲਾ ਚੁੱਕਾਂ ਦੀ ਕਿਵਾਂ ਬਖਸ਼ਣੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਸ਼ੁਕਰਾਨਾ ਕਰੇ ਸ਼ੁਕਰਾਨਾ ਸਿਰ ਤਰ ਮਨ ਕਰੇ ਸ਼ੁਕਰਾਨਾ 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 जय गुरु जी की। अब हम मंत्र जाप करेंगे। Guruji Sa
ਜੈ ਗੁਰੂ ਜੀ ਕੀ।
ਧਾਰ